ਸਤਿ ਸ਼੍ਰੀ ਅਕਾਲ ਬੱਚਿਓ ਅੱਜ ਆਪਾਂ ਪੜਨ ਜਾ ਰਹੀ ਹਾਂ ਜਮਾਤ 7ਵੀਂ ਵਿਸ਼ਾ ਪੰਜਾਬੀ ਵਿਆਕਰਨ ਭਾਗ ਦਾ 14ਵਾਂ ਲੈਸਨ ਅਗੇਤਰ ਅਤੇ ਪਿਛੇਤਰ ਅਗੇਤਰ ਪਿਛੇਤਰ ਦਾ ਜ਼ਿਆਦਾ ਕੋਈ ਇਹਨਾਂ ਨੇ ਡਿਟੇਲਸ ਨਹੀਂ ਦੱਸਿਆ ਬੇਟਾ ਓਨਲੀ ਸਿਰਫ ਤੁਸੀਂ ਧਿਆਨ ਰੱਖਣਾ ਹੈ ਕਿ ਅਗੇਤਰ ਪਿਛੇਤਰ ਸ਼ਬਦ ਰਚਨਾ ਦਾ ਹਿੱਸਾ ਹਨ ਅਗੇਤਰ ਪਿਛੇਤਰ ਉਹ ਸ਼ਬਦ ਹੁੰਦੇ ਹਨ ਜੋ ਮੂਲ ਸ਼ਬਦਾਂ ਦੇ ਅੱਗੇ ਇਆ ਪਿੱਛੇ ਲਾ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ ਅਗੇਤਰ ਉਹ ਸ਼ਬਦਾਂਸ਼ਣ ਜਿਹੜੇ ਮੂਲ ਸ਼ਬਦਾਂ ਦੇ ਅੱਗੇ ਲਾ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ ਜਿਵੇਂ ਉਪ ਮੰਤਰੀ ਉਪ ਪ੍ਰਧਾਨ ਉਪਨਾਮ ਉਨੀਦਾ 39 ਇਹ ਸਾਰੇ ਉਪ ਨਾਲ ਬਣੇ ਹਨ ਉਹਨਾਂ ਨਾਲ ਬਣੇ ਨੀਚੇ ਜਿੰਨੇ ਵੀ ਸ਼ਬਦ ਦਿੱਤੇ ਹਨ ਤੁਸੀਂ ਪੜਨੇ ਹਨ ਇਸੇ ਤਰ੍ਹਾਂ ਅੱਗੇ ਦਿੱਤਾ ਹੈ ਪਿਛੇਤਰ ਪਿਛੇਤ ਅਗੇਤਰ ਹੁੰਦਾ ਹੈ ਅਗੇਤਰ ਮਤਲਬ ਅੱਗੇ ਪਿਛੇਤਰ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਲਾ ਕੇ ਨਵੇਂ ਸ਼ਬਦ ਦੀ ਰਚਨਾ ਕਰਦੇ ਹਨ ਹੁਣ ਦੇਖੋ ਕ ਮਾਉ ਊ ਸ਼ਬਦ ਪਿੱਛੇ ਲੱਗਿਆ ਹੈ ਪਿਛੇਤਰ ਹੈ ਇਸ ਕਰਕੇ ਇਹਨਾਂ ਨੂੰ ਪਿਛੇਤਰ ਕਿਹਾ ਜਾਂਦਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਅਗਰ ਤੁਸੀਂ ਆਪਣੀ ਤਰਫੋਂ ਕੋਈ ਸ਼ਬਦ ਬਣਾ ਰਹੇ ਹੋ ਅਗੇਤਰ ਪਿਛੇਤਰ ਦਾ ਤਾਂ ਉਹਦੇ ਵਿੱਚ ਤੁਸੀਂ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਹੈ ਕਿ ਉਹ ਸ਼ਬਦ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੋਵੇ ਬਿਨਾ ਅਰਥ ਦੇ ਕੋਈ ਵੀ ਅਗੇਤਰ ਪਿਛੇਤਰ ਸਹੀ ਨਹੀਂ ਹੁੰਦਾ ਇਹ ਸਾਰੇ ਸ਼ਬਦ ਤੁਸੀਂ ਇੱਕ ਵੀ ਨਹੀਂ ਛੱਡਣਾ ਚੋਇਸ ਇਹ ਹੈ ਕਿ ਅਗਰ ਤਿੰਨ ਸ਼ਬਦ ਦਿੱਤੇ ਹੈ ਤਾਂ ਤੁਸੀਂ ਦੋ ਯਾਦ ਕਰ ਸਕਦੇ ਹੋ ਅਗਰ ਪੰਜ ਸ਼ਬਦ ਦਿੱਤੇ ਹੈ ਤਾਂ ਘੱਟੋ-ਘੱਟ ਤਿੰਨ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ ਉ ਪੇਪਰ 'ਚ ਤੁਸੀਂ ਤਿੰਨ-ਤਿੰਨ ਹੀ ਲਿਖੋਗੇ ਬਾਈ ਚਾਂਸ ਅਗਰ ਦੋ 'ਚ ਇੱਕ ਗਲਤ ਹੁੰਦਾ ਹੈ ਤਾਂ ਜਿਹੜੇ ਸਹੀ ਕੀਤੇ ਦੋ ਉਹਨਾਂ ਦੇ ਮਾਰਕਸ ਤੁਹਾਨੂੰ ਮਿਲ ਜਾਣਗੇ ਹਾਂਜੀ achhi tarah pad lo ਕੋਈ ਸਮਝ ਨਾ ਆਵੇ ਤਾਂ ਦੱਸ ਦਿਓ ਛੱਡਣਾ ਕੁਝ ਵੀ ਨਹੀਂ ਹੈ ਧੰਨਵਾਦ